ਪਿਛਲੇ ਸਾਲ ਦੇ ਵਿੱਚ ਮੈਂ ਆਪਦੇ ਫਾਦਰ ਨੂੰ ਖੋਇਆ ਹੈ ਨਾ, ਕਦੀ ਉਹ ਘਾਟ ਨਹੀਂ ਕਦੇ ਪੂਰੀ ਹੋਣੀ। ਵੇਲੇ ਜਦੋਂ ਗਏ ਆ, ਹੁਣ ਤੁਸੀਂ ਆਹ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਇਸ ਨਵੇਂ ਸਾਲ ਦੇ ਵਿੱਚ, ਉਹਨਾਂ ਦੀ ਯਾਦ ਆਉਂਦੀ ਹੈ? ਹਰ ਚੀਜ਼ ਦੁਬਾਰੇ ਮਿਲ ਸਕਦੀ ਹੈ, ਪਰ ਇੱਕ ਜਿਹੜੇ ਮਾਂ ਬਾਪ ਹੈ ਉਹ ਤੁਹਾਨੂੰ ਦੁਬਾਰੇ ਨਹੀਂ ਮਿਲ ਸਕਦੇ। ਹੁਣ ਮੇਰੇ ਕੋਲ ਜਿਹੜਾ ਟਾਈਮ ਹੈ ਮੈਂ ਉਹਦੇ ਮਦਰ ਨੂੰ ਦੇਵਾਂ, ਜਿੰਨਾ ਵੀ ਫ੍ਰੀ ਟਾਈਮ। ਰੱਬ ਨੇ ਟਾਈਮ ਹੀ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਅਟੈਕ ਹੋਇਆ, ਅਤੇ ਉਸ ਦਿਨ ਉਹ ਇੰਨੇ ਕੁ ਜ਼ਿਆਦਾ ਫਿੱਟ ਸੀ ਕਿ ਉਹ ਆਪ ਮੇਰੇ ਮਤਲਬ ਪੇਰੈਂਟਸ ਨਾ ਸੈਕਿੰਡ ਫਲੋਰ 'ਤੇ ਰਹਿੰਦੇ ਆ, ਸਟੇਅਰਸ ਉੱਤਰ ਕੇ ਉਹ ਗਏ ਦੋ ਤਿੰਨ ਵਾਰੀ ਆਪ ਗਏ। ਜੇ ਕਿਤੇ ਉਹ ਬਿਮਾਰ ਹੁੰਦੇ ਸ਼ਾਇਦ ਮੈਂ ਵੀ ਉਹਨਾਂ ਕੋਲ ਚਲੀ ਜਾਂਦੀ। ਅਤੇ ਪਿਛਲਾ ਸਾਲ ਮੇਰੇ ਲਈ ਵਧੀਆ ਰਿਹਾ, ਪਰ ਪਿਛਲੇ ਸਾਲ ਦੇ ਵਿੱਚ ਮੈਂ ਆਪਦੇ ਫਾਦਰ ਨੂੰ ਖੋਇਆ ਹੈ ਨਾ, ਉਹ ਜਿਹੜੀ ਇੱਕ ਚੀਜ਼ ਆ ਉਹ ਕਦੇ ਵੀ ਨਹੀਂ ਮੈਂ ਭੁੱਲ ਸਕਦੀ, ਉਹ ਘਾਟ ਨਹੀਂ ਕਦੇ ਪੂਰੀ ਹੋਣੀ। ਅਤੇ ਹੁਣ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਇੱਟਾਂ ਦੇ ਘਰ ਤੋਂ ਕਰ ਰਹੇ ਹਾਂ, ਅਤੇ ਹੋਪ ਫਿਲਮ ਵਧੀਆ ਰਹੇ ਅਤੇ ਸਾਰਾ ਕੁਛ ਅੱਗੇ ਵਧੀਆ ਜਾਵੇ। ਤੁਸੀਂ ਜਿੰਨਾ ਜ਼ਿਕਰ ਕੀਤਾ, ਓਬਵੀਅਸਲੀ ਜਿੱਥੇ ਵਧੀਆ ਸਾਲ ਰਿਹਾ ਉੱਥੇ ਹੀ ਤੁਹਾਡੇ ਲਈ, ਤੁਹਾਡੇ ਪਰਿਵਾਰ ਦੇ ਲਈ ਬਹੁਤ ਦੁੱਖ ਭਰੀ ਉਹ ਇੱਕ ਸਿਚੁਏਸ਼ਨ ਸੀ ਜਿੱਥੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਲੂਜ਼ ਕੀਤਾ। ਉਸ ਵੇਲੇ ਜਦੋਂ ਗਏ ਆ, ਹੁਣ ਤੁਸੀਂ ਆਹ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਇਸ ਨਵੇਂ ਸਾਲ ਦੇ ਵਿੱਚ, ਉਹਨਾਂ ਦੀ ਯਾਦ ਆਉਂਦੀ ਹੈ? ਤੁਹਾਨੂੰ ਲੱਗਦਾ ਕਿ ਜਦੋਂ ਉਹ ਹੁੰਦੇ ਤਾਂ ਡਿਸਕਸ਼ਨ ਵਗੈਰਾ ਹੋਣੀ ਸੀ ਜ਼ਿਆਦਾ? ਦੇਖੋ ਪੇਰੈਂਟਸ ਇੱਕ ਇਹੋ ਜਿਹੀ ਚੀਜ਼ ਹੈ ਹੈ ਨਾ, ਜਿਹਨੂੰ ਆਪਾਂ ਕਹਿ ਦਈਏ ਆਪਣੇ ਪਾਰਟ ਆਪਣੀ ਬੋਡੀ ਦਾ, ਹੈ ਨਾ। ਕਹਿੰਦੇ ਹੁੰਦੇ ਵੀ ਹਰ ਚੀਜ਼ ਤੁਹਾਨੂੰ ਦੁਬਾਰੇ ਮਿਲਜੂ, ਮੇਰਾ ਮੰਨਣਾ ਹੈ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਲਾਈਫ ਪਾਰਟਨਰ ਉਹ ਵੀ ਤੁਹਾਡਾ ਦੂਜਾ ਵਿਆਹ ਹੋ ਜਾਂਦਾ, ਬੱਚੇ ਆ ਉਹ ਵੀ ਤੁਸੀਂ ਇੱਕ ਤੋਂ ਬਾਅਦ ਦੂਸਰਾ ਕਰ ਸਕਦੇ ਹੋ, ਹੈ ਨਾ। ਹਰ ਚੀਜ਼ ਦੁਬਾਰੇ ਮਿਲ ਸਕਦੀ ਹੈ, ਪਰ ਇੱਕ ਜਿਹੜੇ ਮਾਂ ਬਾਪ ਹੈ ਉਹ ਤੁਹਾਨੂੰ ਦੁਬਾਰੇ ਨਹੀਂ ਮਿਲ ਸਕਦੇ, ਹੈ ਨਾ। ਅਤੇ ਉਹਨਾਂ ਦਾ ਘਾਟਾ ਮਤਲਬ ਸਾਰੀ ਜ਼ਿੰਦਗੀ ਪੂਰਾ ਤਾਂ ਨਹੀਂ ਹੋਣਾ, ਪਰ ਉਹਨਾਂ ਦੇ ਜਿਹੜੇ ਮੈਨੂੰ ਪਰਵਰਿਸ਼ ਦਿੱਤੀ ਹੈ ਜਿਹੜੀ ਉਹਨਾਂ ਨੇ, ਹੈ ਨਾ, ਉਹਨਾਂ ਦਾ ਪਿਆਰ ਉਹਨਾਂ ਦਾ ਸਾਥ ਮੈਂ ਹਮੇਸ਼ਾ ਮਹਿਸੂਸ ਕਰਦੀ ਹਾਂ ਉਹਦੇ ਨਾਲ। ਇਹ ਘਾਟਾ ਤਾਂ ਬਿਲਕੁਲ ਹੀ ਕੋਈ ਪੂਰਾ ਨਹੀਂ ਕਰ ਸਕਦਾ, ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਯਾਦਾਂ ਹੀ ਜਿਹੜੀਆਂ ਹੈ ਨਾ, ਉਹ ਇੱਕ ਟ੍ਰੈਜਰ ਹੁੰਦਾ ਜਿਹੜਾ ਹਮੇਸ਼ਾ ਸਾਡੇ ਨਾਲ ਰਹਿੰਦਾ, ਅਤੇ ਬਲੈਸਿੰਗਸ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਨਾਲ ਹੀ ਰਹਿੰਦੀਆਂ। ਪਰ ਤੁਹਾਨੂੰ, ਤੁਸੀਂ ਮੈਨੂੰ ਲੱਗਦਾ ਇਸ ਚੀਜ਼ 'ਚ ਵੀ ਲੱਕੀ ਹੋ ਕਿ ਤੁਹਾਡੇ ਨਾਲ ਇੱਕ ਲਾਈਫ ਪਾਰਟਨਰ ਬਹੁਤ ਅੱਛੇ ਹੈ ਤੁਹਾਡੇ। ਸੋ ਸਮੀਰ ਹੁਣੀ ਵੀ ਸੈੱਟ 'ਤੇ ਆਉਂਦੇ ਆ? ਹਾਂਜੀ ਬਿਲਕੁਲ, ਸਮੀਰ ਪ੍ਰੋਪਰ ਪ੍ਰੋਡਿਊਸਰ ਦਾ ਫਰਜ਼ ਸਮੀਰ ਹੀ ਨਿਭਾ ਰਹੇ ਆ, ਬਿਕੋਜ਼ ਮੈਂ ਐਕਟ ਕਰ ਰਹੀ ਹਾਂ ਅਤੇ ਮੈਂ ਬਹੁਤ ਬਿਜ਼ੀ ਰਹਿਣੀ ਹਾਂ, ਅਤੇ ਉਹ ਸਾਰੀ ਸੈੱਟ ਦੀ ਦੇਖ ਰੇਖ ਕਰਦੇ ਆ, ਜੋ ਵੀ ਗੱਲ ਹੁੰਦੀ ਆ ਸਾਰੀ ਟੀਮ ਮਿਲ ਕੇ ਕਰਦੀ ਹੈ, ਅਤੇ ਬਿਲਕੁਲ ਸਮੀਰ ਬਹੁਤ ਸਾਥ ਦਿੰਦੇ ਆ ਹਰ ਕੰਮ ਦੇ ਵਿੱਚ। ਬਾਕੀ ਮੇਰਾ ਸੁਪਨਾ ਇਹੀ ਹੈ ਕਿ ਮੈਂ ਜਿਹੜੇ ਮੇਰੇ ਬਜ਼ੁਰਗ ਨੇ ਉਹ ਹਮੇਸ਼ਾ ਤੰਦਰੁਸਤ ਰਹਿਣ, ਮੇਰੇ ਨਾਲ ਰਹਿਣ, ਅਤੇ ਮੈਂ ਸਾਰਿਆਂ ਨੂੰ ਖੁਸ਼ ਰੱਖਾਂ ਜਿਹੜੀ ਮੇਰੀ ਫੈਮਿਲੀ ਆ ਜਾਂ ਜਿਹੜੇ ਮੇਰੇ ਨਾਲ ਬੰਦੇ ਜੁੜੇ ਹੋਏ ਨੇ। ਤੁਸੀਂ ਇੰਨੇ ਬਿਜ਼ੀ ਰਹਿੰਦੇ ਹੋ, ਪਰ ਫਿਰ ਵੀ ਤੁਹਾਨੂੰ ਫੈਮਿਲੀ ਦਾ, ਹੈ ਨਾ, ਬਹੁਤ ਧਿਆਨ ਰਹਿੰਦਾ ਹੈ। ਔਰ ਤੁਸੀਂ ਬੜੀ ਸੋਹਣੀ ਗੱਲ ਕਹੀ ਕਿ ਮੇਰੇ ਬਜ਼ੁਰਗ ਜਿਹੜੇ ਹਮੇਸ਼ਾ ਤੰਦਰੁਸਤ ਰਹਿਣ, ਹੈ ਨਾ। ਜਦੋਂ ਕੋਈ ਸਾਡੇ ਬਹੁਤ ਨੇੜੇ ਹੁੰਦਾ ਔਰ ਸਾਡੇ ਤੋਂ ਦੂਰ ਹੋ ਜਾਂਦਾ, ਤੁਹਾਨੂੰ ਲੱਗਦਾ ਕਿ ਉਹ ਜਿਹੜੀ ਇੱਕ ਖਾਲੀ ਜਗ੍ਹਾ ਅੰਦਰ ਹੋ ਜਾਂਦੀ ਹੈ, ਕਿ ਇੱਕ ਖੋਖਲਾਪਨ ਜਿਹਾ ਆ ਜਾਂਦਾ ਕਿ ਯਾਦ ਆਉਂਦੀ ਰਹਿੰਦੀ ਹੈ ਹਮੇਸ਼ਾ, ਅਤੇ ਉਹ ਕਈ ਵਾਰ ਰਿਗਰੈਟਸ ਵੀ ਹੁੰਦੇ ਕਿ ਯਾਰ ਇੰਨਾ ਬਿਜ਼ੀ ਸਕੈਡਿਊਲ ਹੋਇਆ, ਕਾਸ਼ ਉਹ ਪਤਾ ਹੁੰਦਾ ਕਿ ਇੱਦਾਂ ਹੋ ਜਾਣਾ ਹੈ ਨਾ, ਜਾਂ ਕੁਝ ਇੱਦਾਂ ਦੀ ਚੀਜ਼ਾਂ ਵੀ ਆ ਸਕਦੀਆਂ, ਕਦੀ ਸੋਚਿਆ ਨਹੀਂ ਹੁੰਦਾ ਅਸੀਂ, ਹੈ ਨਾ, ਕਿ ਟਾਈਮ ਥੋੜ੍ਹਾ ਦੇ ਦਿੰਦੇ ਹੋਰ, ਇੱਦਾਂ ਫੀਲ ਹੁੰਦਾ? ਬਿਲਕੁਲ ਮੈਨੂੰ ਹੁੰਦਾ, ਦੇਖੋ ਐਕਚੁਅਲੀ ਮੇਰਾ ਸ਼ਡਿਊਲ ਇੰਨਾ ਬਿਜ਼ੀ ਆ ਵੀ ਸਮ ਟਾਈਮ ਤੁਹਾਡਾ ਮਾਇੰਡ ਕਿਤੇ ਹੋਰ ਚਲਾ ਜਾਂਦਾ, ਹੈ ਨਾ, ਪਰ ਮੈਂ ਉਹਦੇ ਮਦਰ ਬਾਰੇ ਸੋਚਦੀ ਹਾਂ ਵੀ ਪਹਿਲਾਂ ਮੇਰੇ ਬ੍ਰਦਰ, ਅਤੇ ਹੁਣ ਮੇਰੇ ਫਾਦਰ, ਉਹ ਇਕੱਲੇ ਰਹਿੰਦੇ ਨੇ ਘਰ 'ਚ, ਹੈ ਨਾ। ਉਹ ਚੀਜ਼ਾਂ ਨੂੰ ਫਿਰ ਵੀ ਮੈਂ ਸੋਚਦੀ ਹਾਂ ਵੀ ਹੁਣ ਮੇਰੇ ਕੋਲ ਜਿਹੜਾ ਟਾਈਮ ਹੈ ਮੈਂ ਉਹਦੇ ਮਦਰ ਨੂੰ ਦੇਵਾਂ, ਜਿੰਨਾ ਵੀ ਫ੍ਰੀ ਟਾਈਮ। ਮੈਨੂੰ ਲੱਗਦਾ ਕਿ ਹਰ ਕੋਈ, ਮੈਂ 2019 'ਚ ਆਪਣੇ ਫਾਦਰ ਸਾਹਿਬ ਨੂੰ ਖੋਇਆ, ਅਤੇ ਮੈਨੂੰ ਤਾਂ ਫੀਲ ਹੁੰਦਾ ਰਹਿੰਦਾ ਕਿ ਯਾਰ ਉਹ ਹਫ਼ਤਾ, ਇੱਕ ਪਹਿਲਾਂ ਮੈਂ ਮਿਲ ਕੇ ਆਈ ਸੀ, ਹਫ਼ਤਾ ਮੈਂ ਮਿਲੀ ਨਹੀਂ ਉਹਨਾਂ ਨੂੰ, ਅਤੇ ਖੁਦ ਨੂੰ ਹੁੰਦਾ ਕਿ ਯਾਰ ਕਾਸ਼ ਮਿਲ ਲੈਂਦੇ, ਕੰਮ 'ਚ ਇੰਨੇ ਕਿਉਂ ਬਿਜ਼ੀ ਹੋ ਗਏ ਕਿ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ। ਪਰ ਮੈਨੂੰ ਲੱਗਦਾ ਕਿ ਇਹ ਜ਼ਿੰਦਗੀ ਇੱਦਾਂ ਹੈ, ਜੋ ਆਇਆ ਉਹਨੇ ਜਾਣਾ ਜ਼ਰੂਰ ਹੈ, ਪਰ ਇਹ ਕਿ ਇੱਕ
ਇੰਨੇ ਰਿਸ਼ਤੇ ਜਿਹੜੇ ਡੂੰਘੇ ਹੋ ਜਾਂਦੇ ਆ ਨਾ, ਦਰਦ ਤਾਂ ਹਮੇਸ਼ਾ ਦਿਲ ਦੇ ਵਿੱਚ ਰਹਿੰਦਾ। ਮੇਰਾ ਦੇਖੋ ਮੇਰੇ ਫਾਦਰ ਨਾਲ ਇਹ ਸੀ ਕਿ ਮੈਂ ਡੇਲੀ ਕਾਲ ਕਰਨੀ, ਪੁੱਛਣਾ ਉਹ ਕਿਵੇਂ ਨੇ, ਉਹਨਾਂ ਦਾ ਬੀ ਪੀ ਕਿਵੇਂ, ਉਹਨਾਂ ਦਾ ਸ਼ੂਗਰ ਕਿਵੇਂ ਆ, ਮੈਡੀਸਨ ਲਈ ਆ। ਮੈਨੂੰ ਰੱਬ ਨੇ ਟਾਈਮ ਹੀ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਅਟੈਕ ਹੋਇਆ, ਅਤੇ ਉਸ ਦਿਨ ਉਹ ਇੰਨੇ ਕੁ ਜ਼ਿਆਦਾ ਫਿੱਟ ਸੀ ਕਿ ਉਹ ਆਪ ਮੇਰੇ ਮਤਲਬ ਪੇਰੈਂਟਸ ਨਾ ਸੈਕਿੰਡ ਫਲੋਰ 'ਤੇ ਰਹਿੰਦੇ ਆ, ਸਟੇਅਰਸ ਉੱਤਰ ਕੇ ਉਹ ਗਏ ਦੋ ਤਿੰਨ ਵਾਰੀ ਆਪ ਗਏ। ਜੇ ਕਿਤੇ ਉਹ ਬਿਮਾਰ ਹੁੰਦੇ ਸ਼ਾਇਦ ਮੇਬੀ ਮੈਂ ਉਹਨਾਂ ਕੋਲ ਚਲੀ ਜਾਂਦੀ, ਵੀ ਮੈਨੂੰ ਰੱਬ ਨੇ ਉਹ ਮੌਕਾ ਹੀ ਨਹੀਂ ਦਿੱਤਾ ਹੈਗਾ। ਅਚਾਨਕ ਹੀ ਮੈਨੂੰ ਪਤਾ ਚੱਲਦਾ ਕਿ ਇੱਦਾਂ ਇੱਦਾਂ ਕਰਕੇ ਹੋ ਗਿਆ ਅਤੇ ਮੈਂ ਭੱਜੀ, ਹੈ ਨਾ। ਪਰ ਉਹੀ ਗੱਲ ਕਿ ਜਿੰਨਾ ਚਿਰ ਵੀ ਸਾਰਿਆਂ ਦੇ ਪੇਰੈਂਟਸ ਨੇ ਵੀ ਸਾਰੇ ਜਣੇ ਟਾਈਮ ਦਿਆ ਕਰੋ, ਹੈ ਨਾ, ਪਿਆਰ ਕਰਿਆ ਕਰੋ। ਸਭ ਤੋਂ ਵੱਡੀ ਗੱਲ ਪਿਆਰ ਜਤਾਇਆ ਕਰੋ ਆਪਦੇ ਪੇਰੈਂਟਸ ਨੂੰ, ਹੈ ਨਾ। ਦਿਲ 'ਚ ਤੁਹਾਡੇ ਪਿਆਰ ਹੁੰਦਾ ਤੁਸੀਂ ਨਹੀਂ ਜਤਾਉਂਦੇ, ਉਹ ਵੀ ਚੰਗੀ ਗੱਲ ਨਹੀਂ। ਜੇ ਤੁਸੀਂ ਉਹਨਾਂ ਨੂੰ ਅਹਿਸਾਸ ਦਿਵਾਓਗੇ ਤਾਂ ਉਹਨਾਂ ਦੀ ਜਿਉਣ ਦੀ ਹੋਰ ਇੱਛਾ ਵਧੂਗੀ। ਬਿਲਕੁਲ ਬਿਲਕੁਲ ਇਹ ਗੱਲ ਹੈਗੀ। ਔਰ ਤੁਹਾਡੀ ਫਿਲਮ ਦਾ ਟਾਈਟਲ ਇੱਟਾਂ ਦਾ ਘਰ, ਘਰ ਤਾਂ ਪਰਿਵਾਰ ਦੇ ਨਾਲ ਹੀ ਬਣਦਾ, ਪਰਿਵਾਰ ਦੇ ਮੈਂਬਰਾਂ ਨਾਲ ਹੀ ਬਣਦਾ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਗੁੱਡ ਵਿਸ਼ੇਸ, ਕਿਉਂਕਿ ਤੁਹਾਡਾ ਪਹਿਲਾ ਐਜ਼ ਅ ਪ੍ਰੋਡਿਊਸਰ ਜਿਹੜਾ ਪ੍ਰੋਜੈਕਟ ਆ, ਅਸੀਂ ਇਹੀ ਚਾਹਾਂਗੇ ਕਿ ਜੋ ਤੁਹਾਡੇ ਜ਼ਹਿਨ ਦੇ ਵਿੱਚ ਹੈਗੇ ਕਿ ਹੋਰ ਪ੍ਰੋਜੈਕਟਸ ਕਰਨ ਵਾਲੇ ਆ, ਇੱਦਾਂ ਦੀਆਂ ਕਹਾਣੀਆਂ ਹੋ ਸਕਦੀਆਂ, ਉਹ ਜ਼ਰੂਰ ਪੂਰੀਆਂ ਹੋਣ। ਸ਼ੁਕਰੀਆ ਸਾਨੂੰ ਸਮਾਂ ਦੇਣ ਦਾ। ਥੈਂਕ ਯੂ ਸੋ ਮਚ ਜੀ। ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।